ਉਹ ਸਾਡੀ ਰਸੋਈ ਸੀ, ਉਹਦੇ ਉੱਤੇ ਸਪੈਸ਼ਲ ਚੜ੍ਹਦੀ ਸੀ, ਉਹਦੇ ਥੱਲੇ ਤਹਿਖਾਨਾ ਸੀ, ਉਹਦੇ ਉੱਤੋਂ ਰੁਪਈਆ ਸਿੱਟੋ ਸਿੱਧਾ ਸਾਡੇ ਤਹਿਖਾਨੇ 'ਚ ਥੱਲੇ ਜਾਂਦਾ ਸੀ ਉਹਨੂੰ ਮਹਿਫੂਜ਼ ਕਰਨ ਵਾਸਤੇ। ਉਹ ਉਤਲੀ ਮਮਟੀ ਹੈ, ਉਹਦੇ ਉੱਤੇ ਪੌੜੀ ਚੜ੍ਹਦੀ ਸੀ, ਉਹਦੇ ਉੱਤੇ ਬਹਿ ਕੇ ਜਦੋਂ ਮੰਜੀ ਡਾਹੀਦੀ ਸੀ ਅਤੇ ਰਾਵੀ ਦੀਆਂ ਛੱਲਾਂ ਉਵੇਂ ਦਿਸਦੀਆਂ ਸਨ, ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ। ਜਦੋਂ ਅਸੀਂ ਇੱਧਰ ਆਉਣੇ ਹਾਂ, ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਾਂ ਜਾਂ ਧਾਰਮਿਕ ਜਿੰਨੇ ਵੀ ਸਥਾਨ ਨੇ, ਅਤੇ ਬੜਾ ਬੇਅਥਾ ਉਮੜ ਉਮੜ ਕੇ ਉਹ ਪਿਆਰ ਸਾਨੂੰ ਮਿਲਦਾ ਹੈ, ਜੱਫੀਆਂ ਪਾ ਕੇ ਹੋਰ ਚੀਜ਼ਾਂ ਦੇ ਰਾਹੀਂ, ਹੋਰ ਗੱਲਾਂ ਦੇ ਰਾਹੀਂ ਸਾਨੂੰ ਦਾਵਤਾਂ ਦੇ ਕੇ, ਉਹ ਬੜਾ ਅਮੁੱਕ ਅਤੇ ਅਥਾਹ ਪਿਆਰ ਸਾਨੂੰ ਮਿਲਦਾ ਹੈ ਕਿ ਜਿਹੜਾ ਸਾਨੂੰ ਅਸੀਂ ਗਦ ਗਦ ਹੋ ਉੱਠਦੇ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਾਨੂੰ ਕਿਸੇ ਵੀ ਇੰਤਜ਼ਾਮੀਆਂ ਵੱਲੋਂ, ਪਾਕਿਸਤਾਨ ਗੌਰਮੈਂਟ ਵੱਲੋਂ ਕੋਈ ਕੌੜੀ ਯਾਦ ਨਹੀਂ ਜਿਹੜੀ ਅਸੀਂ ਤੁਹਾਨੂੰ ਦੱਸ ਸਕੀਏ, ਅਤੇ ਮਿੱਠੀਆਂ ਯਾਦਾਂ ਸਾਡੇ ਇੰਨੀਆਂ ਨੇ ਅਤੇ ਅਸੀਂ ਗਿਣ ਨਹੀਂ ਸਕਦੇ। ਇਸੇ ਤਰ੍ਹਾਂ ਇਮਰਾਨ ਖਾਨ ਸਾਹਿਬ ਨੇ ਜੇ ਇਹ ਲਾਂਘੇ ਦੀ ਗੱਲ ਕੀਤੀ ਹੈ ਜਾਂ ਬਾਜਵਾ ਸਾਹਿਬ ਨੇ ਕੀਤੀ ਹੈ, ਤਾਂ ਇਹ ਬੜਾ ਲੰਬਾ ਸਮਾਂ ਚੱਲੇਗਾ, ਅਤੇ ਔਰ ਇਹ ਬੜੀ ਸੱਜਰੀ ਸਵੇਰ ਦਾ ਜਿਵੇਂ ਸੂਰਜ ਹੁੰਦਾ ਹੈ, ਉਹ ਇੱਕ ਉਹਨੂੰ ਵੇਖਣ ਨਾਲ ਸਕੂਨ ਮਿਲਦਾ, ਇਵੇਂ ਸਾਰਿਆਂ ਨੂੰ ਸਕੂਨ ਮਿਲੇਗਾ। ਅੱਗੇ ਇਹ ਖਿੱਤਾ ਮੁਹੱਬਤ ਦੀ ਸਾਂਝ ਲੈ ਕੇ ਅੱਗੇ ਦੁਨੀਆਂ ਦੇ ਉੱਤੇ ਰੋਸ਼ਨ ਹੋਵੇਗਾ। ਸੜਕ 'ਤੇ ਜਾਂਦਿਆਂ ਦੁਆ ਸਲਾਮ ਕਰਦੇ ਨੇ, ਬਾਹਾਂ ਫੜ ਫੜ ਕੇ ਧਰੂ ਧਰਾ ਕੇ ਸਾਨੂੰ ਅੰਦਰ ਲਿਜਾਂਦੇ ਨੇ, ਖਾਣ ਪਿਆਉਣ ਦੀ, ਮਹਿਮਾਨ ਨਵਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਮੈਂ ਇਹ ਗੱਲ ਮੱਥੇ ਨਾਲ ਚੁੰਮ ਕੇ ਕਹਿਣਾ ਕਿ ਸਾਡੀ ਬੜੀ ਹੀ ਖਿਦਮਤ ਕੀਤੀ, ਕਿ ਹੋ ਸਕਦਾ ਅਸੀਂ ਕਿਸੇ ਹੋਰ ਕੰਟਰੀ 'ਚ ਗਏ ਹੋਈਏ ਤਾਂ ਸਾਡੀ ਇਹ ਜਿਹੜੀ ਵਾਹਿਗੁਰੂ ਦੀ ਦਿੱਤੀ ਹੋਈ ਸਰਦਾਰੀ ਪੱਗ ਹੈ, ਇਹਨੂੰ ਸਲਾਮਾਂ ਜਿਹੜੀਆਂ ਹੁੰਦੀਆਂ ਨੇ ਇੱਥੇ, ਮੈਂ ਇਸ ਗੱਲ ਦਾ ਮਸ਼ਕੂਰ ਹਾਂ, ਧੰਨਵਾਦੀ ਹਾਂ ਪਾਕਿਸਤਾਨੀਆਂ ਦੇ। ਸਾਨੂੰ ਖੁਸ਼ੀ ਹੁੰਦੀ ਹੈ, ਸਾਨੂੰ ਅਪਣਾਤ ਆਉਂਦਾ, ਸਾਡੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਕਿ ਵੇਖੋ ਸਾਨੂੰ ਲੋਕ ਕਿੰਨਾ ਪਿਆਰ ਦਿੰਦੇ ਨੇ, ਅਸੀਂ ਇਹਨਾਂ ਨਾਲ ਹੋ ਸਕਦਾ ਰਿਸ਼ਤੇ ਨਾਤੇ 'ਚ ਕੁਛ ਵੀ ਨਾ ਲੱਗਦੇ ਹੋਈਏ, ਅਤੇ ਪਰ ਸਾਨੂੰ ਉਦੋਂ ਵੀ ਵੱਧ ਕੇ ਮਿਲਦੇ ਨੇ। ਮੁੰਡੇ ਮੈਂ ਵੀ ਢੇਰ ਵੇਖੇ ਨੇ, ਪਰ ਤੇਰੇ ਜਿੱਡਾ ਸੋਹਣਾ ਜਵਾਨ, ਬਿਲਕੁਲ ਸਰਦਾਰ ਕੁੰਦਰ ਸਿੰਘ ਵੀ ਬੜਾ ਸੋਹਣਾ, ਹੁਣ ਇੱਥੇ ਕਿੱਲਾ ਚੁੱਟਣਾ ਸਭ ਤੋਂ ਤਕੜਾ, ਤੇ ਆਪਣੇ ਪਿੰਡ ਵਾਲਿਆਂ ਨੇ ਲਾਸ ਰੱਖ ਲੈ, ਚਲੋ ਯਾਰ ਸਰਦਾਰ ਨੂੰ ਆਣੇ ਤੋੜ ਕੇ ਵਿਖਾਣੀ ਵਾ, ਨਾ ਉਹਨੂੰ ਪਿਆਰ ਨਾਲ ਗੱਲ ਨਾ ਮਿਲਣਾ, ਡੇਰੇ 'ਚ ਆਉਣਾ ਹਰ ਲੋਕ ਨੇ, ਇੱਥੇ 100 ਤਾਂ ਮੰਜੀ ਸੀ ਆਪਣੀ ਡੇਰੇ 'ਚ, ਸਾਰੇ ਨੇ ਬੈਠੇ ਰਹਿਣਾ, ਗੱਪਾਂ ਸ਼ੱਪਾਂ ਮਾਰਨੀਆਂ, ਉਹਦਾ ਦੌਰ ਹੀ ਮਨੋਰੰਜਨ ਦਾ ਸੀ, ਜਿਹਨੇ ਉੱਠਣਾ ਚਾਹੋ ਡੇਰੇ 'ਤੇ, ਸਰਦਾਰਪੁਰ ਪਿੰਡ ਜ਼ਮੀਨੀ ਤੌਰ 'ਤੇ ਵੀ ਵੱਡਾ, ਹਕੀਕੀ ਤੌਰ 'ਤੇ ਔਰ ਫਸਲ ਫੁਸਲ ਤੋਂ ਹਰ ਤੋਂ ਖੁਸ਼ਹਾਲ ਬੈਠੀ ਆ, ਪਿੰਡ ਨੇ ਦੇਖੀ ਹੈ, ਇਹ ਤਾਂ ਆਪਣੇ ਸਾਰੇ ਜਿਹੜੇ ਆਹ ਮਕਾਨ ਸੀ, ਇਹ ਤਾਂ ਅਨਾਜ ਵਾਲੇ ਮਕਾਨ, ਇਹ ਅਨਾਜ ਵਾਲੇ ਤੇ ਮਾਲ ਵਾਲੇ, ਮਾਲ ਵਾਲੇ ਨਿੱਜੀ ਘੋੜੀਆਂ ਮਾਰੀ, ਬਾਕੀ ਪਾਣੀ ਬਾਹਰ ਵੇਖੀ ਵੀ ਜਿੰਦੇ ਤੋਂ ਸੰਡਾ ਉੱਤੇ ਚੜ ਗਿਆ, ਆ ਸੰਡਾ ਵੀ ਚੜ ਗਿਆ, ਇਹ ਤਾਂ ਮਕਾਨ ਸਾਰਾ, ਇਹ ਤਾਂ ਘੱਟੋ ਘੱਟ ਹੋਣਾ 100-150 ਕਮਰਾ, ਇਹ ਇੱਥੋਂ ਆਹ ਗੇਟ ਰਾਤ ਨੂੰ ਲੱਗ ਜਾਂਦਾ ਸੀ, ਆਹ ਜਿਹੜਾ 4 ਕਿੱਲੇ ਜਗ੍ਹਾ ਡੇਰਾ ਹੀ ਸੀ, ਲੋਕਾਂ ਦੇ ਆਉਣ ਜਾਣ 'ਚ ਮੰਜੀਆਂ ਲੱਗੀਆਂ, ਹਾਂ ਇਹ ਆਪਣੇ ਇਹ ਉੱਥੇ ਬੈਠੇ ਸਦਰ ਉਦੋਂ ਨਿਕਲ ਕੇ ਆਹ ਜਿਹੜਾ ਸੀ ਨਾ, ਇਹ ਘੋੜੀਆਂ ਦਾ ਸਬਲ ਸੀ, ਇਹ ਘੋੜੀਆਂ ਦਾ ਸਬਲ ਸੀ ਅਨਾਜ ਰੱਖਣ ਨੂੰ, ਤੇ ਇਹਦੇ ਵਿੱਚ ਮਾਸਟਰ ਰਹਿੰਦਾ ਸੀ, ਬੱਚੇ ਪੜ੍ਹਾਉਂਦੇ ਸੀ, ਇਹ ਦਰਵਾਜ਼ਾ ਨਾ ਇਹਦੇ ਅੰਦਰ ਹੋ ਕੇ ਆਹ ਵੇਖ ਨਾ ਇਸ ਤਰ੍ਹਾਂ ਬਣੇ ਨੇ ਦਰਵਾਜ਼ੇ ਸਾਰੇ, ਹਾਂ ਇਹ ਘੋੜੀਆਂ ਇਹ ਸਾਰਾ ਉੱਥੋਂ ਤਾਈ, ਇਹ ਆਪਣਾ ਬੱਲੇ ਕੀ ਪੱਤੀ ਆ ਗਈ, ਇਹ ਨਾਲ ਚੱਲ ਪੈਂਦੀ ਸੀ ਬਾਬੇ ਸੇਵੇ ਕੀ, ਤਾਰੇ ਕੀ, ਪੱਤੂ ਕੀ, ਸਜਾਦੇ ਕੀ, ਸਾਡੇ ਬਾਬੇ ਨੇ ਬੰਦੇ ਨੇ ਸਾਡੇ ਸਾਰੇ, ਤੇ ਉਹ ਸਾਡਾ ਜਿਹੜਾ ਦੂਜਾ ਘਰ, ਇੱਕ ਪੱਤੀ 'ਚ ਅਸੀਂ 3 ਘਰ ਹੀ ਹਾਂ, ਉਹ ਆ ਨਾਲ ਦੀ ਗਲੀ ਹੈ, ਸਰਦਾਰ ਇਹਦੇ ਤਾਂ ਸਰਦਾਰ ਕੁੰਦਰ ਸਿੰਘ, ਸਰਦਾਰ ਸੁੰਦਰ ਸਿੰਘ, ਉਹਦੇ ਸਰਦਾਰ ਅਤਰ ਸਿੰਘ ਦੀ ਲਾਦ ਉਹਦੇ ਵਿੱਚ, ਇੱਕੇ ਪੱਤੀ 'ਚ 3 ਘਰ, ਤੀਜੇ ਹਿੱਸੇ ਦੇ ਮਾਲਕ 3 ਘਰ ਅਸੀਂ ਪੈਂਦੇ, ਹਾਂਜੀ ਤੁਸੀਂ ਪੂਰੀ ਰਿਸਰਚ ਰੱਖੀ, ਚੇਤਾ ਰੱਖਿਆ ਹਾਲਾਂਕੇ ਪਿੰਡ ਚੋਂ ਇਹ ਗਲੀ ਘੱਟ ਉੱਚੀ ਹੋਈ, ਫਿਰ ਵੀ ਇੰਨੀ ਉੱਚੀ ਹੋਈ, ਜੰਗਲੇ ਸਨ, ਲੋਹੇ ਦੇ ਤਾਰਾਂ ਲੱਗੀਆਂ, ਇਹ
ਇੱਥੇ ਗੁੱਟ ਤੇ ਨਾ ਆਪਣੇ ਪਕੌੜੇ ਵਾਲੀ ਪੱਟੀ ਹੁੰਦੀ ਬਾਬੇ ਮੰਗਲ ਸਿੰਘ ਉਹ ਪੁਰਾਣੇ ਜ਼ਮਾਨੇ ਦੀ ਗੱਲ ਆ ਬਾਰਾਂ ਸਾਲ ਮਿਸਤਰੀ ਕੋਈ ਗੱਲ ਨੀ ਕੋਈ ਗੱਲ ਨੀ ਬਾਲਕੋਨੀਆਂ ਆਬਾਦ ਵੇਖੀਆਂ ਨੇ ਤੁਹਾਡੇ ਬਾਦ ਨਾ ਸੰਸਤਰ ਹਵੇਲੀ ਮੇਨ ਗੇਟ ਇਹਦੇ ਵਿੱਚ ਹੁੰਦੇ ਸੀ ਅਬਾ ਵੀ ਇਹ ਚੌਹਾਨ ਸਾਹਿਬ ਇਹ ਨੇ ਮੇਨ ਗੇਟ ਅੱਛਾ ਇਹ ਮੇਨ ਗੇਟ ਇਹ ਮੇਨ ਗੇਟ ਨੇ ਇਹਦੇ ਸਾਡੀ ਦੋ ਘਰਾਂ ਦੀ ਸਾਂਝਾ ਪਰਿਵਾਰ ਸਾਡਾ ਅਜਾੜੇ ਤੱਕ ਸਾਂਝਾ ਰਿਹਾ ਖੇਤੀ ਵੀ ਸਾਂਝੀ ਰਹੀ ਹੈ ਸਾਰੀ 1600-1700 ਕਿੱਲੇ ਦੀ ਖੇਤੀ ਸਾਂਝੀ ਰਹੀ ਹੈ ਅੱਛਾ ਜੀ ਸਾਡਾ ਦੂਜਾ ਘਰ ਜਿਹੜਾ 800,000 ਕਿੱਲੇ ਸੀ ਉਹ ਸਰਦਾਰ ਅਤਰ ਸਿੰਘ ਦੀ ਉਹ ਪਿਛਲੀ ਗਲੀ ਚ ਉਹਨਾਂ ਦਾ ਮਕਾਨ ਇਹ ਸੀ ਇਹ ਸਾਰੀ ਟੋਟਲ 6-7 ਕਨਾਲਾਂ ਚ ਹਵੇਲੀ ਰਹਿਸ਼ੀ ਇਹ ਸੀ ਛੋਟੀ ਇੱਟ ਦੀ ਹੈ ਛੋਟੀ ਇੱਟ ਦੀ ਸਾਰੀ ਇਹ ਸਰਦਾਰ ਚਤਰ ਸਿੰਘ ਵੇਲੇ ਦੀ ਬਣੀ ਹੈ ਜਿਹਨਾਂ ਨੇ ਕੋਟ ਬਣਾਇਆ ਮੇਰੇ ਪੜਦਾਦਾ ਜੀ ਨੇ ਇਹ ਸਾਡੀ ਆਹ ਕਿਚਨ ਹੈ ਇਹ ਆਪਣੀ ਕਿਚਨ ਹੈ ਇੱਥੋਂ ਲੱਸੀ ਪਾਣੀ ਥੱਲੇ ਨਾ ਸਾਰਿਆਂ ਨੂੰ ਪੀਣ ਵਾਸਤੇ ਭੇਜਦੇ ਸੀ ਨਾ ਸਵੇਰੇ ਇੱਥੇ ਬਾਲਟੀਆਂ ਭਰਾ ਭਰਾ ਲੈ ਜਾਂਦੇ ਲੋਕ ਜਿੰਨੇ ਵੀ ਪੀਣੀ ਇਹ ਕਿਚਨ ਸੀ ਇੰਨਾ ਬਾਹਰ ਸੀ ਨਾ ਜੀ ਆਪਣੀ ਕਿਉਂ ਬਈ ਇਹ ਇੰਨਾ ਹੀ ਸਭ ਬਾਹਰ ਸੀ ਲੱਕੜ ਦਾ ਬਣਿਆ ਇੱਥੇ ਇੱਕ ਡੋਰੀ ਲੱਗੀ ਸੀ ਉਹ ਲੱਕੜ ਦੀ ਢੀਂਡੀ ਲੱਗੀ ਉੱਥੇ ਬਾਲਟੀ ਲਮਕ ਜਾਣੀ ਇੱਥੇ ਜਿੰਨੇ ਹਾਂ ਘੋਕ ਲਾਟੂ ਜਿਹਾ ਲੱਗਿਆ ਹਾਂ ਇੱਥੋਂ ਜਿੰਨੇ ਜਿੰਨੇ ਲੱਸੀ ਪੀਣੀ ਆਪਦਾ ਭਰਾ ਭਰਾ ਇੱਥੋਂ ਉੱਤੋਂ ਲਮਕਾਈ ਜਾਣੀ ਰਸੋਈ ਚ ਸਹੀ ਤੇ ਉਹ ਬੀਬੀਆਂ ਨੇ ਇੱਥੋਂ ਥੱਲੇ ਭਰ ਭਰ ਲੈ ਜਾਣੀ ਸਾਰੇ ਵਾਹ ਛੋਟੇ ਛੋਟੇ ਆਲੇ ਇਹ ਚੀਜ਼ ਜਿਹੜੇ ਆ ਨਾਯਾਬ ਨੇ ਇਹ ਚੀਜ਼ਾਂ ਹੁਣ ਨਹੀਂ ਇਹ ਮਮਟੀ ਹੈ ਜੀ ਜਿਹੜੀ ਇਹ 3 ਮੰਜ਼ਲਾ ਜਿਹੜਾ ਚੁਬਾਰੇ ਸਨ ਜੇ 3 ਪੌੜੀਆਂ ਸੀ ਇਸ ਮਕਾਨ ਦੀਆਂ ਇਹ 6 ਕਨਾਲਾਂ ਦੇ ਵਿੱਚ ਮਕਾਨ ਸੀ ਰਹਿਸ਼ੀ ਹਵੇਲੀ ਅੱਛਾ ਜੀ ਜਿਹਨੂੰ ਵਿਚਾਲਿਓ ਖਾਲੀ ਰੱਖਿਆ ਸੀ ਸਾਈਡਾਂ ਤੇ ਇਹਦੇ ਉੱਤੇ ਥੱਲੇ 12 ਕਮਰੇ ਸਨ ਜਿਹਨੂੰ 12 ਦਰੀ ਸਬਾਤਾਂ ਕਹਿ ਦਿੰਦੇ ਨੇ ਉੱਪਰ ਆ ਪਿਛਲੀ ਗੁੱਟ ਤੇ 2 ਚੁਬਾਰੇ ਇਸ ਗੁੱਟ ਤੇ ਪੌੜੀ ਚੜ੍ਹਦੀ ਸੀ 2 ਚੁਬਾਰੇ ਇਸ ਗੁੱਟ ਤੇ 4 ਚੁਬਾਰੇ ਸਨ ਉਹ ਸਾਡੀ ਰਸੋਈ ਸੀ ਉਹਦੇ ਉੱਤੇ ਸਪੈਸ਼ਲ ਚੜ੍ਹਦੀ ਸੀ ਉਹਦੇ ਥੱਲੇ ਤਹਿਖਾਨਾ ਸੀ ਉਹਦੇ ਉੱਤੋਂ ਰੁਪਈਆ ਸਿੱਟੋ ਸਿੱਧਾ ਸਾਡੇ ਤਹਿਖਾਨੇ 'ਚ ਥੱਲੇ ਜਾਂਦਾ ਸੀ ਉਹਨੂੰ ਮਹਿਫੂਜ਼ ਕਰਨ ਵਾਸਤੇ ਉਹ ਉਤਲੀ ਮਮਟੀ ਹੈ ਉਹਦੇ ਉੱਤੇ ਪੌੜੀ ਚੜ੍ਹਦੀ ਸੀ ਉਹਦੇ ਉੱਤੇ ਬਹਿ ਕੇ ਜਦੋਂ ਮੰਜੀ ਡਾਹੀਦੀ ਸੀ ਤੇ ਰਾਵੀ ਦੀਆਂ ਛੱਲਾਂ ਉਵੇਂ ਦਿਸਦੀਆਂ ਸਨ ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਤੇ ਉੱਤੇ ਸਾਡੀ ਕਿਚਨ ਸੀ ਉਹਦੇ ਵਿੱਚ ਹੀ ਉਹਨੂੰ ਡਾਇਨਿੰਗ ਹਾਲ ਕਹਿ ਲਓ ਖਾਣਾ ਪੀਣਾ ਨੂੰ ਆਹ ਗੁੱਠ ਦੇ ਉੱਤੇ ਵੀ ਸਾਡੇ ਬਹੁਤ ਵੱਡੀ ਮਮਟੀ ਸੀ ਇਹਦੇ ਉੱਤੇ ਸਾਡੇ ਵੱਡੇ ਸਰਦਾਰ ਕੁੰਦਨ ਸਿੰਘ ਜੀ ਜਿਹੜੇ ਸਰਦਾਰ ਅਤਰ ਸਿੰਘ ਜੀ ਦੇ ਬੇਟੇ ਨੇ ਜਿਹਨਾਂ ਦੇ ਨਾਂ 'ਤੇ ਕੋਟ ਸਰਦਾਰ ਚਤਰ ਸਿੰਘ ਹੈ ਅਤੇ ਸਰਦਾਰ ਅਰਜਨ ਸਿੰਘ ਕਿੰਗ ਆਫ ਰਾਵੀ ਦੇ ਜਿਹੜੇ ਬਾਪ ਸੀ ਮੇਰੇ ਦਾਦਾ ਜੀ ਦੇ ਉਹ ਉਹਨਾਂ ਦੀ ਮੰਜੀ ਉੱਥੇ ਹੁੰਦੀ ਸੀ 4 ਫੁੱਟ ਬਨੇਰੇ ਦੇ ਨਾਲ ਥੜੀ ਬਣੀ ਸੀ ਆਹ ਜਿਹੜਾ ਮੇਨ ਗੇਟ ਸੀ ਨਾ ਇਹਦੇ ਉੱਤੇ ਉਹਨਾਂ ਦੀ ਮੰਜੀ ਡਾਹ ਕੇ ਗਰਮੀ 'ਚ ਉਦੋਂ ਮੱਛਰ ਮੱਖੀ ਦਾ ਜ਼ਮਾਨਾ ਨਹੀਂ ਸੀ ਅਤੇ ਬੜੇ ਸਕੂਨ ਨਾਲ ਔਰ ਵੱਡੀ ਗੱਲ ਉਹ ਸੀ ਵੀ ਸਾਰੇ ਲੋਕਾਂ ਦਾ ਤਰਾਮ ਅਤੇ ਪਿਆਰ ਕਰਦੇ ਸਨ ਇਹ ਸਾਨੂੰ ਜੋ ਉਹਨਾਂ ਨੇ ਮੈਸੇਜ ਦਿੱਤਾ ਕਿ ਹਰ ਬੰਦੇ ਦਾ ਅਤਰਾਮ ਪਿਆਰ ਕਰੋ ਉਹ ਸਾਨੂੰ ਅੱਜ ਵੀ ਨਜ਼ਰ ਆਉਂਦਾ ਜੇ ਸਾਡੇ ਲੋਕਾਂ ਦੀ ਖਿਦਮਤ ਸਾਡੇ ਬਜ਼ੁਰਗਾਂ ਨੇ ਕੀਤੀ ਹੈ ਅਤੇ ਸਾਨੂੰ ਅੱਜ ਵੀ ਪਿਆਰ ਮਿਲੇ ਜਿਹਦੇ ਵਿੱਚ ਸਫੈਦ ਪੋਸ਼ ਨੰਬਰਦਾਰ ਜੈਲਦਾਰ ਡਿਸਟ੍ਰਿਕਟ ਬੋਰਡ ਦੇ ਮੈਂਬਰ ਮੇਰੇ ਦਾਦਾ ਜੀ ਬੜਾ ਲੰਬਾ ਸਮਾਂ ਰਹੇ ਆ ਇਹ ਲੋਕਾਂ ਦਾ ਪਿਆਰ ਸੀ ਬਿਨਾਂ ਇਲੈਕਸ਼ਨ ਤੋਂ ਹੀ ਇਸ ਇਲਾਕੇ 'ਚੋਂ ਜਿੱਤਦੇ ਸਨ ਉਦੋਂ ਇੱਥੇ ਮੁਹੰਮਦ ਹੁਸੈਨ ਗੰਜਾ ਜੀ ਲੀਡਰ ਸਨ ਅਤੇ ਇਹ ਦੋ ਘਰਾਂ ਦੀ ਰਿਹਾਇਸ਼ ਅਤੇ ਖੇਤੀ ਸਾਡੀ 67-68 ਮਰਬਿਆਂ ਦੀ ਸਰਦਾਰ ਕਰਤਾਰ ਸਿੰਘ ਅਤੇ ਸਰਦਾਰ ਅਰਜਨ ਸਿੰਘ ਦੀ ਬੱਚਿਆਂ ਦੀ ਇਹ ਇਕੱਠੀ ਰਹੀ ਹੈ ਉੱਜੜਨ ਤੱਕ ਸਾਡਾ ਪਰਿਵਾਰ ਸਾਂਝਾ ਸੀ
ਦੂਜਾ ਘਰ ਜਿਹੜਾ ਸਾਡਾ ਸਰਦਾਰ ਅਤਰ ਸਿੰਘ ਦੇ ਪੁੱਤਰ ਸਨ ਸਰਦਾਰ ਸੁਲੱਖਣ ਸਿੰਘ, ਸਰੈਣ ਸਿੰਘ, ਕਸ਼ਮੀਰ ਸਿੰਘ, ਉਹ ਆ ਦੂਜੀ ਗਲੀ 'ਚ ਉਹਨਾਂ ਦਾ ਮਕਾਨ ਆ ਪਿਛਲੇ ਪਾਸੇ, ਇਹ ਆਉਂਦੀ ਗਲੀ। ਅਤੇ ਇਹ ਸਰਦਾਰ ਅਰਜਨ ਸਿੰਘ ਦਾ ਮਕਾਨ ਕਿਹੜਾ ਸੀ, ਕਿਹੜੇ ਮਕਾਨ 'ਚ ਸੌਂਦੇ ਬਹਿੰਦੇ ਸੀ? ਇੱਥੇ ਇਹ ਆਹੀ ਮਕਾਨ ਸੀ ਜੀ ਉਹਨਾਂ ਦੇ, ਇੱਧਰ ਜਿਹੜੇ ਦੋ ਚੁਬਾਰੇ ਸਨ, ਜੇ ਸਰਦਾਰ ਆਇਆ ਬਾਹਰੋਂ ਉਹਨੇ ਪੌੜੀਆਂ ਆਹ ਪੌੜੀਆਂ ਚੜ੍ਹ ਗਿਆ ਅਤੇ ਉਹਨੇ ਉਸ ਚੁਬਾਰੇ 'ਚ ਹੀ ਸੌਣਾ, ਕਿਉਂਕਿ ਦੋ ਸ਼ਾਦੀਆਂ ਸੀ ਸਰਦਾਰ ਦੀਆਂ। ਅੱਛਾ ਜੀ। ਮੇਰੇ ਦਾਦੀ ਜੀ ਦੋ ਸਨ, ਜਿਹੜੀ ਵੱਡੀ ਦਾਦੀ ਸੀ ਉਹ ਢੋਸਾਂ ਦੀ ਧੀ ਸੀ, ਇੱਥੇ ਚੂਣੀਆਂ ਦੇ ਨੇੜੇ ਪਿੰਡ ਨੇ। ਜਿਹੜੇ ਮੇਰੇ ਛੋਟੇ ਦਾਦੀ ਸੀ ਉਹਨੂੰ ਸਰਦਾਰ ਬਲਾਕਾ ਸਿੰਘ ਭੰਬੇ ਦੀ ਬੇਟੀ ਸੀ, ਕਿਲ੍ਹਾ ਧਰਮ ਸਿੰਘ ਦਾ ਭੰਬੇ ਦਾ ਕਿਲ੍ਹਾ ਮਸ਼ਹੂਰ ਹੈ, ਅਤੇ ਜਿਹੜੀਆਂ ਪੌੜੀਆਂ ਉਹ ਚੜ੍ਹੇ ਨੇ ਉਹਨਾਂ ਨੇ ਉੱਥੇ ਹੀ ਸੌਣਾ। ਜ਼ਿਆਦਾਤਰ ਉਹ ਡੇਰੇ ਦੇ ਵਿੱਚ ਹੀ ਲੋਕਾਂ ਕੋਲ ਸੌਂਦੇ ਬਹਿੰਦੇ, ਅਤੇ ਕਦੇ ਬਾਹਰ ਕੰਮੇ ਧੰਦੀ ਜਾਂਦੇ ਅਤੇ ਵਾਪਸ ਆਉਂਦੇ, ਅਤੇ ਨਹੀਂ ਉਹ ਮਤਲਬ ਇੱਥੇ ਰਾਏ ਸੀਗਾ ਚੁਬਾਰੇ। ਗੁਰਪਾਲ ਜੀ ਉਹਨਾਂ ਦੋਵਾਂ ਦੀ ਆਪਸ ਲੜਾਈ ਨਹੀਂ ਹੁੰਦੀ ਸੀ? ਨਹੀਂ, ਮੈਂ ਇਹ ਗੱਲ ਤੁਹਾਡੇ ਸਾਰੇ ਸੱਜਣਾਂ ਦੀ ਸਭਾ 'ਚ ਕਹਿਣਾ, ਮੈਂ ਆਪਣੀਆਂ ਦਾਦੀਆਂ ਨੂੰ ਕਦੇ ਉੱਚਾ ਬੋਲਦਾ ਨਹੀਂ ਸੁਣਿਆ, ਔਰ ਜੇ ਵੱਡੀ ਦਾਦੀ ਦਾ ਨਾਂ ਲੈਣਾ, ਇੱਥੇ ਲੋਕ ਉਹਨਾਂ ਨੂੰ ਕਹਿੰਦੇ ਸੀ ਬੀਬੀ ਢੋਸ, ਵੱਡੀ ਦਾਦੀ ਨੂੰ ਮੇਰੀ ਨੂੰ ਬੀਬੀ ਢੋਸ ਕਹਿੰਦੇ ਸੀ, ਉਹ ਢੋਸਾਂ ਦੀ ਧੀ ਸੀ, ਬੜਾ ਉੱਚਾ ਖਾਨਦਾਨ ਸੀ ਉਹਨਾਂ ਦਾ। ਛੋਟੀ ਦਾਦੀ ਮੇਰੀ ਭੰਬਿਆਂ ਦੀ ਧੀ ਸੀ, ਉਹਨੂੰ ਬੀਬੀ ਭੰਬੀ ਕਹਿੰਦੇ ਸੀ ਸਾਰੇ, ਅਤੇ ਉਹ ਦੋਨੇ ਭੈਣ ਜੀ ਕਹਿੰਦੀਆਂ ਸੀ ਇੱਕ ਦੂਜੀ ਨੂੰ, ਅਤੇ ਉਹਨਾਂ ਨੇ ਕਦੇ ਵੀ ਸਾਡੇ ਸਾਹਮਣੇ ਨਹੀਂ ਲੜਦੇ ਵੇਖਿਆ। ਅਸੀਂ ਹੁਣ ਬਾਤਾਂ ਸੁਣੀਆਂ ਉਹਨਾਂ ਤੋਂ, ਗੱਲਾਂ ਬਾਤਾਂ ਸੁਣੀਆਂ ਜੋ ਮੈਂ ਅੱਜ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰ ਰਿਹਾ, ਔਰ ਸਾਡੇ ਪਿੰਡ ਦੇ ਲੋਕਾਂ ਦਾ ਵੀ ਇਤਰਾਮ ਨਾਂ ਲੈਣਾ, ਚਾਹੇ ਬੀਬੀ ਰੇਸ਼ਮਾ ਹੋਵੇ, ਚਾਹੇ ਉਹਨਾਂ ਦਾ ਪਰਿਵਾਰ ਹੋਵੇ, ਜਾਂ ਸਾਰਿਆਂ ਦਾ, ਬਾਬੇ ਸੋਨੇ ਕਾ, ਜੋ ਵੀ ਬਾਬੇ ਸਜਾਦੇ ਕੇ, ਮੇਰੇ ਤੇ ਇਤਰਾਮ ਵਾਲੇ ਨੇ, ਵੱਡੇ ਨੇ ਸਾਡੇ, ਬਜ਼ੁਰਗ ਨੇ ਸਾਰੇ। ਤੁਹਾਡੇ ਪਰਿਵਾਰ ਚ, ਤੁਹਾਡੇ ਖਾਨਦਾਨ ਚ ਕੁਝ ਲੋਕ ਮੁਸਲਮਾਨ ਵੀ ਹੋ ਗਏ ਸੀ ਜਿਹੜੇ ਅੱਜ ਵੀ ਇੱਥੇ ਵਸਦੇ ਆ ਜੱਟਾਂ ਦੇ ਘਰ? ਇਹ ਜਿਹੜੀ ਪੱਤੀ ਸਰਦਾਰ ਵੱਲਾ ਸਿੰਘ ਸੀ ਉਹਦੇ ਚ ਤਿੰਨ ਹੀ ਘਰ ਸਨ, ਵੱਲਾ ਸਿੰਘ ਦੇ ਅੱਗੇ ਜਾ ਕੇ ਪੋਤਰੇ ਹੁੰਦੇ ਨੇ, ਪੜਪੋਤਰੇ ਚਤਰ ਸਿੰਘ, ਅਤਰ ਸਿੰਘ ਤੇ ਸਰਦਾਰ ਰਤਨ ਸਿੰਘ। ਇਹ ਪਿੰਡ ਦੇ ਤੀਜੇ ਹਿੱਸੇ ਦੇ ਮਾਲਕ ਸਨ, 1600 ਮਤਲਬ ਕਿੱਲੇ ਦੇ, ਤੇ 3200 ਕਿੱਲੇ ਦੇ ਮਾਲਕ ਸਨ ਤਿੰਨ ਘਰ, ਜਿਹੜੇ ਸਾਡੇ ਬਜ਼ੁਰਗ ਹੋਏ ਇਹ ਤੀਜੇ ਹਿੱਸੇ ਦੇ ਮਾਲਕ ਸਨ। ਬਾਕੀ ਸੀ ਜਿਹੜੇ ਬਾਬੇ ਦਾਰੇ ਕੀ ਪੱਤੀ ਹੈ, ਬਾਬੇ ਫੱਤੂ ਕੀ, ਬਾਬੇ ਸੇਵੇ ਕੀ, ਇਹ ਪਹਿਲਾਂ ਹੀ ਮੁਸਲਮਾਨ ਹੋਏ ਨੇ, ਸਰਦਾਰ ਚਤਰ ਸਿੰਘ ਵੇਲੇ ਦੇ ਗਿਣ ਲੋ ਕੇ ਪਹਿਲਾਂ ਹੀ ਉਹ ਸ਼ਾਦੀਸ਼ੁਦਾ ਹੋਏ ਨੇ, ਉਹ ਹੋਰ ਵੀ ਕਈ ਘਰ ਹੋਏ ਨੇ ਮੁਸਲਮਾਨ, ਸਾਡੀ ਬਰਾਦਰੀ ਹੈ ਫੱਤੂ ਦਾ ਪੋਤਰ ਤੇ ਸਾਡੇ ਭਰਾ ਨੇ, ਇਹ ਤੁਹਾਡੇ ਜੀ ਰਿਸ਼ਤੇਦਾਰੀਆਂ ਅੱਗੇ ਹੋ ਜਾਵੇ। ਹਾਂਜੀ, ਇਹ ਮਤਲਬ ਸਾਡਾ ਹੀ ਖਾਨਦਾਨ, ਸਾਡੇ ਖੂਨ ਨੇ, ਇਹ ਦੂਜੀ ਪੱਤੀ ਚੋਂ ਨੇ ਸਾਰੇ। ਸਾਡੀ ਪੱਤੀ ਜਿਹੜੇ ਅਸੀਂ ਸਿੱਖ ਸਾਂ ਉਹ ਉੱਜੜ ਕੇ ਚਾਹੇ ਝੁਰੜ ਖੇੜੇ ਚਲੇ ਗਏ ਨੇ ਨੇੜੇ ਹਬੋਰ, ਚਾਹੇ ਅਸੀਂ ਚਲੇ ਗਏ ਭੈਰੋਂ ਪੱਟੀ ਨੇੜੇ ਕੋਟਪੂਰਾ ਫਰੀਦਕੋਟ 'ਚ, ਜਾਂ ਸਾਡਾ ਪਿੰਡ ਜ਼ਿਆਦਾ ਜਾ ਕੇ ਬੈਠਾ ਸਦਰ ਖਾਂ ਦਾ ਕੋਟ, ਕੋਟ ਈਸੇ ਖਾਂ, ਦੂਜੇ ਸਾਡਾ ਪਰਿਵਾਰ ਬੈਠਾ ਜਾ ਕੇ ਕੱਟਿਆਲੀ ਹੰਜਰਾ ਪਿੰਡ, ਇੱਥੋਂ ਉੱਜੜ ਕੇ ਇਹਨਾਂ ਪਿੰਡਾਂ 'ਚ ਬਾਅਦ ਹੋਇਆ, ਇਹ ਇਹਨਾਂ ਪਿੰਡਾਂ 'ਚ ਗਏ ਨੇ ਜਾ ਕੇ, ਕਿਉਂਕਿ ਮੈਂ ਇਹ ਪਿੰਡ ਜਦੋਂ ਬੰਨਿਆ, ਸਾਡੇ ਵੱਡ ਵਡੇਰਿਆਂ ਨੇ ਬੰਨਿਆ, ਜਿਹਦੇ ਵਿੱਚ ਅੱਜ ਉਹਨਾਂ ਦੇ ਪੁੱਤ ਪੋਤਰੇ ਭਾਵੇਂ ਉਹ ਮੁਸਲਮਾਨ ਨੇ ਖੜੇ ਨੇ, ਸਾਡੇ ਸਾਰੇ ਵਡੇਰੇ ਤਾਂ ਇੱਕੋ ਹੀ ਸਨ, ਇੱਕੋ ਹੀ। ਇਹ ਜਿਹੜੀ ਇਹ ਡੇਰਾ ਬਣਿਆ ਸੀ ਸਾਡਾ ਸਪੈਸ਼ਲ, ਇਹ ਹਵੇਲੀ 6-7 ਕਨਾਲਾਂ ਤੋਂ ਵੱਖਰਾ 4 ਕਿੱਲੇ ਡੇਰਾ ਜਿਹੜਾ ਬਣਿਆ ਸੀ, ਕੋਈ ਸ਼ਰੀਕ ਭਰਾ ਨੂੰ ਸਰਦਾਰ ਨਹੀਂ ਕਹਿੰਦਾ, ਇੱਥੇ ਲੋਕ ਸਰਦਾਰ ਕੁੰਦਨ ਸਿੰਘ ਨੂੰ ਸਰਦਾਰ ਕਹਿ ਕੇ ਉਹਨੂੰ ਪਿਆਰ ਦਿੰਦੇ ਸੀ ਆਪਦੇ ਵੱਡੇ ਭਰਾ ਦਾ, ਸਰਦਾਰ ਕੁੰਦਨ ਸਿੰਘ ਨੂੰ ਹਜਰਾਵਾਂ ਦੇ ਵਿੱਚ ਸਰਦਾਰ ਕਿਹਾ ਗਿਆ, ਅਤੇ ਇਹ ਜਿਹੜੀ ਢਾਬ ਸੀ ਡੇਰਾ ਭਰ ਕੇ ਵੱਡਾ ਕਰਨ 'ਚ ਲੋਕਾਂ ਦਾ ਸਹਿਯੋਗ ਸੀ, 4 ਕਿੱਲਿਆਂ ਦੇ ਵਿੱਚ ਸਾਡਾ ਡੇਰਾ ਸੀ, ਲੋਕ ਆਉਂਦੇ ਸੀ ਜਾਂਦੇ ਸੀ ਬਹਿੰਦੇ ਸੀ, ਵਿਆਹ ਸ਼ਾਦੀ ਸਾਡੇ ਡੇਰੇ 'ਤੇ ਹੁੰਦੀ ਸੀ, 100 ਮੰਜਾ 100 ਕੁਰਸੀ ਖੂਹ ਦੇ ਉੱਤੇ ਉੱਠ ਜੁੱਪਿਆ ਰਹਿੰਦਾ ਸੀ, ਆ ਚੌਹਾਨ ਸਾਹਿਬ ਦੱਸਦੇ ਨੇ, ਕੋਈ ਲੀੜਾ ਧੋਵੇ ਕੋਈ ਕੱਪੜਾ ਧੋਵੇ ਸਾਡੇ ਅੱਗੇ ਬਾਗ ਨੂੰ ਪਾਣੀ ਲੱਗਦਾ ਸੀ। ਇੱਥੋਂ ਲੈ ਕੇ ਜਿਹੜਾ ਕੋਟ ਸਰਦਾਰ ਚਤਰ ਸਿੰਘ ਆ ਉਹ ਸਾਡਾ ਸਾਲਮ ਪਿੰਡ ਸੀ, ਇੱਧਰ ਸਾਡਾ ਜੌੜਿਆਂ ਵਾਲਾ ਖੂਹ ਸੀ, ਨਿੱਕੇ ਪਿੰਡ ਵੀ ਸਾਡੀ ਜ਼ਮੀਨ ਸੀ, ਔਰ ਲੋਕਾਂ ਨਾਲ ਵੱਡੀ ਗੱਲ ਆ ਵੀ ਮੁਹੱਬਤ ਬਹੁਤ ਜ਼ਿਆਦਾ ਸੀ ਜਿਹੜੀ ਮੈਂ ਵੇਖ ਰਿਹਾ, ਅਤੇ ਲੋਕ ਸਾਨੂੰ ਪਿਆਰ ਦੇ ਰਹੇ। ਬਿਲਕੁਲ, ਅੱਜ ਵੀ ਵੇਖੋ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਨਾ, ਬਿਲਕੁਲ ਮੈਂ ਦਿਖਾਵਾਂ ਜੀ, ਅਜੇ ਤੱਕ ਕਿਸੇ ਨੂੰ ਵੀ ਦੱਸਿਆ ਨਹੀਂ ਅਸੀਂ, ਮੇਰਾ ਕੈਮਰਾ ਅਗਰ ਵਿਖਾ ਸਕੇ ਤਾਂ ਇਹ ਤੁਸੀਂ ਦੇਖੋ, ਅੱਜ ਕਿਸੇ ਨੂੰ ਦੱਸਿਆ ਨਹੀਂ ਅਸੀਂ, ਹਾਲੇ ਦੱਸਿਆ ਨਹੀਂ ਕਿਸੇ ਨੂੰ, ਅਸੀਂ ਸਿਰਫ ਉਹ ਤੁਹਾਡੀ ਪੱਗ ਵੇਖ ਕੇ ਬੰਦਾ ਜਾ ਰਿਹਾ ਹਵੇਲੀ ਵੱਲ, ਸਾਰੀ ਦੁਨੀਆ ਆਉਣੀ ਸ਼ੁਰੂ ਹੋ ਗਈ। ਮੈਂ ਇਸ ਵਿਹੜੇ 'ਚ ਆਉਣ 'ਤੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ, ਜੀ ਆਇਆਂ ਕਹਿਣਾ, ਮੈਂ ਸਾਰਿਆਂ ਨੂੰ ਫਤਿਹ ਬੁਲਾਉਂਦਾ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਵੈਲਕਮ, ਇਹ ਸਾਡੇ ਪਿੰਡ ਦੀ ਸ਼ਾਨ ਵਧੇ, ਸਾਡੇ ਪਿੰਡ ਦੇ ਬੱਚੇ ਪੜ੍ਹਨ ਲਿਖਣ ਅੱਗੇ ਤਰੱਕੀਆਂ ਕਰਨ, ਜਿਵੇਂ ਪਿੱਛੇ ਜ਼ਮਾਨੇ 'ਚ ਹਜਰਾਵਾਂ ਦਾ ਨਾਂ ਵੱਜਦਾ ਸੀ ਇਸ ਪੂਰੀ ਬੈਲਟ ਦੇ ਵਿੱਚ, ਰਾਵੀ ਦੇ ਵਿੱਚ, ਅੱਜ ਵੀ ਸਾਡੇ ਬੱਚੇ ਇਹਦਾ ਰੋਸ਼ਨ ਨਾ ਕਰਨ, ਅੱਛੀ ਗੱਲ ਹੈ ਜੀ। ਚੋਰ ਚੁਰਾਉਣ ਦਾ ਬੜਾ ਡਰ ਰਹਿੰਦਾ ਸੀ, ਇੱਥੇ ਸਪੈਸ਼ਲ ਘੋੜੀਆਂ ਸੀ ਜਿਹੜੀਆਂ 20-25 ਚੰਡ ਵਾਸਤੇ ਸਰਦਾਰਾਂ ਦੇ, ਉਹ ਘੋੜੀਆਂ ਔਰ ਅਨਾਜ ਵਾਲੇ ਕਮਰੇ, ਇਹ ਗੇਟ ਬਾਹਰ ਨਿਕਲ ਜਾਂਦਾ ਸੀ, ਇਹ ਅਨਾਜ ਵਾਲੇ ਕਮਰੇ ਸੀ, ਇੱਥੇ ਮੈਂ ਤਾਂ ਇੱਕ ਉਹਨੇ ਹਜ਼ਾਰ ਬਾਲਾਂ ਨੂੰ ਰੋਕਿਆ ਰੱਖਿਆ ਕਰੋ ਸਲਾਮਾ ਚੋਣਾਂ, ਉਹ ਆਉਂਦਾ ਪੈਲੀ ਤਾਂ ਲਈ ਬੈਠਾ ਤੂੰ ਸਾਰੇ ਸਬਜ਼ੀ, ਇਹ ਸਾਨੂੰ ਦੇਖ ਲੈ ਭਾਵੇਂ ਸਾਰਾ ਟੱਬਰ ਲੈ ਕੇ ਤੁਰੀ ਜੀ, ਉਹ ਤਾਂ ਚੰਗਾ ਬਾਬਾ ਤੁਸੀਂ ਕਰੋ ਜਿਵੇਂ ਚੰਗੀ ਗੱਲ ਮੇਰੇ ਪਾਸ ਰੱਖੀ ਹੁੰਦੀ ਸੀ।
ਇਹਨਾਂ ਦੀ ਵੀ ਖਾਇਸ਼ ਹੈ ਵੀ ਦੋ ਕਦਮ ਇਸ ਗਲੀ ਚ ਪੈ ਜਾਣ ਨਸੀਬਾਂ ਨਾਲ ਇਹ ਜਿਹੜੀ ਗਲੀ ਹੈ ਨਾ ਜੀ, ਇਹਦੇ ਚ ਸਰਦਾਰ ਫਤਿਹ ਸਿੰਘ ਦੀ ਔਲਾਦ, ਸਰਦਾਰ ਕਸ਼ਮੀਰ ਸਿੰਘ, ਸਰੈਣ ਸਿੰਘ, ਇਹ ਸਾਡਾ ਪਰਿਵਾਰ ਜਿਹੜਾ ਢਾਬ ਸੀ ਆਹ ਸਾਰੇ ਦੂਜੇ ਸਾਡੇ ਸਰਦਾਰ ਅਤਰ ਸਿੰਘ ਦੀ ਲਾਦ ਇੱਥੇ ਨਾ, ਉਹਨਾਂ ਦੇ ਮਕਾਨ ਬਹੁਤ ਹਾਂਜੀ ਹਾਂਜੀ ਨਹੀਂ ਕਿਰਪਾ ਵਾਹਿਗੁਰੂ ਦੀ ਹੁਣ ਵੀ ਠੀਕ ਆ ਹਾਂ ਮਕਾਨ ਇਹਦੀ ਮਾੜੀ ਜੀ ਸਰਦਾਰ ਕਹਿੰਦਾ ਸੀ ਜੀ ਉਹ ਵੀ ਆਪਣਾ ਸੀ ਜੀ ਪਹਿਲੋ ਦੇਖ ਲਓ ਪੈਣਾ ਇੱਕ ਮਿੰਟ ਉੱਥੇ ਪੁੱਤਰ ਪਰੇ ਹੋਈ ਅੰਦਰ ਇਹ ਸੀ ਆਪਣੇ ਸਰਦਾਰ ਅਤਰ ਸਿੰਘ ਦਾ ਇਹ ਮਕਾਨ ਆਪਣਾ ਘਰ ਸਮਝ ਕੇ ਬਿਲਕੁਲ ਜੀ ਮੈਨੂੰ ਐ ਲੱਗਿਆ ਵੀ ਜਿਵੇਂ ਮੈਂ ਆਖਿਆ ਵੀ ਆਪਣੀਆਂ ਧੀਆਂ ਅੰਦਰ ਹੋ ਜਾਣ ਤੇ ਮੈਂ ਕੋਈ ਬੰਦੇ ਬਾਹਰੋਂ ਆਏ ਨੇ ਸਹੀ ਸਹੀ ਇਹ ਮਕਾਨ ਸੀ ਸਰਦਾਰ ਅਤਰ ਸਿੰਘ ਦੇ ਜਿਹੜੇ ਸਾਡੇ ਮਤਲਬ ਤੀਜੇ ਹਿੱਸੇ ਸੀ ਅਸੀਂ ਪਿੰਡ ਦੀ ਤੀਜੇ ਹਿੱਸੇ ਦੇ ਮਾਲਕ ਆ ਸਾਰੇ ਹੰਜਰਾਵਾਂ ਚੋ ਇਹ ਘਰ ਸਾਡੇ ਨਾਲ ਤੀਜੇ ਹਿੱਸੇ ਸੀ ਸਰਦਾਰ ਸਰੈਣ ਸਿੰਘ ਕਸ਼ਮੀਰ ਸਿੰਘ ਉਹ ਵੀ ਪੰਜ ਚਾਰ ਭਾਈ ਸਨ ਸਾਡੇ ਤਾਇਆ ਜੀ ਲੱਗਦੇ ਨੇ ਉਹ ਤੁਰੜਖੇੜੇ ਆਬਾਦ ਨੇ ਇਹ 800 ਕਿੱਲੇ ਦੇ ਮਾਲਕ ਸੀ ਤੇ ਅਸੀਂ ਤਿੰਨੇ ਘਰ ਮਤਲਬ 3200 ਕਿੱਲੇ ਦੇ ਮਾਲਕ ਸੀ ਸਾਡੇ ਕੋਲ 67 ਮਰੱਬੇ ਸੀ 1600 ਕਿੱਲਾ ਸਾਡੇ ਕੋਲ ਹੋਰ ਵੀ ਸੀ 1000 ਕਿੱਲਾ ਵੱਖਰਾ ਛੋਟੇ ਮਿਲਾਵਾਂ ਸੀ ਤੇ ਇਹ ਕੋਰ ਤਾਂ ਸਾਡਾ ਹੀ ਸਾਰਾ ਚੱਤਰ ਸਿੰਘ ਦਾ ਇਹ ਵੀ ਘਰ ਆਪਣਾ ਸੀ ਉਹ ਬਾਬੇ ਅਲਮਦੀਨ ਵਾਲਾ ਪਿੱਛੇ ਰਹਿ ਗਿਆ ਚੌਹਾਨ ਸਾਹਿਬ ਇਹ ਉਹਨਾਂ ਦਾ ਸਾਰਾ ਮਕਾਨ ਉੱਥੋਂ ਤਾਈਂ ਪਰੇ ਗਿਆ ਨਾ ਕਿਹੜੇ ਘਰ ਦਾ ਸੀ ਇਹ ਸਰਦਾਰ ਅਤਰ ਸਿੰਘ ਦੇ ਲੜਕਿਆਂ ਦਾ ਜੀ ਸਰਦਾਰ ਅਤਰ ਸਿੰਘ ਦਾ ਹਾਂਜੀ ਹਾਂਜੀ ਸਰਦਾਰ ਸਰੈਣ ਸਿੰਘ ਚਲੋ ਤੁਹਾਡੇ ਬਹਾਨੇ ਅਸੀਂ ਉਹਨਾਂ ਨੂੰ ਵਿਖਾ ਦਿੰਦੇ ਹਾਂਜੀ ਹਾਂਜੀ ਮੈਂ ਜਦੋਂ ਪਿਛਲੀ ਵਾਰੀ ਆਇਆ ਉਦੋਂ ਮੈਂ ਉੱਥੋਂ ਦਰਸ਼ਨ ਕੀਤੇ ਨੇ ਝੋੜਖੇੜੇ ਬਾਦ ਨੇ ਸਾਡੇ ਪਿੰਡ ਚ ਆਯੋ ਜੀ ਆਇਆਂ ਨੂੰ ਕੋਈ ਤਕਲੀਫ ਹੋਈ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਉਹ ਮੈਂ ਵੱਡੇ ਸਰਦਾਰ ਦਾ ਪੋਤਰਾ ਜੀ ਉਹ ਵੱਡੀ ਹਵੇਲੀ ਵਾਲੇ ਜਿਹੜੇ ਮਹਿਲਾ ਵਾਲੇ ਵੱਜਦੇ ਨਾ ਪਿੱਛੇ ਮਹਾਂ ਚਲੋ ਜੀ ਕੋਈ ਆਓ ਜੀ ਚੌਹਾਨ ਸਾਹਿਬ ਆ ਲੋਕਾਂ ਦੀ ਚੋਖ ਖਲਾਰੀ ਹੈ ਜਿਵੇਂ ਬਹਾਨੇ ਜੈਦੀ ਨਾਲ ਲੈ ਲਓ ਪੁੱਤਰ ਸ਼ੁਰੂ ਕਰਦੀ ਫਰੀਦਕੋਟ ਦੀ ਜਿਹੜਾ ਬਠਿੰਡਾ ਬਣਾ ਪਹਿਲਾਂ ਖਤਮ ਕਰਨ ਦੀ ਖਾਤਰ ਫਰੀਦਕੋਟ ਰਿਆਸਤ ਖਤਮ ਹੋ ਜਾਏ ਫਿਰੋਜ਼ਪੁਰ ਚੋਂ ਕਿਹੜੇ ਇਲਾਕੇ ਚ ਆਏ ਹੋ ਪਾਈ ਕੀ ਤਲਵੰਡੀ
खैर हो अग मार तेरा बंदोबस्त होया पत्तो ने हुण तू होया पिया दो फसला कदी कहना बाबे वाले जाना है कदी कहना अम्मा वाले जाना है तू सुबह दी पाक हवा वर्गा तू सुबह दी पाक हवा वर्गा साडे पिंड नू जांदे राह वर्गा तेनू भुलीए भी ते किवें यारा तू ते आंदे जांदे साह वर्गा अपने पिंड नू जांदा राह किन्ना चंगा लगदा है ए उन्हां लोकां नू पता है जिहड़े परदेस च रहिंदे होण जिहड़े उजड़ गए होण और जिन्हां दे वड़के उन्हां नू दस गए होण कि पुत्तर अपना देस असल उत्थे सी अजय अज बेली साढ़े नाल ने साढ़े वीर साढ़े भरा साढ़े अपने साढ़े बहुत अपने गुरपाल सिंह हंजरा किंग ऑफ रावी सरदार अर्जन सिंह हंजरा दे पोतरे ने गुरपाल सिंह हंजरा और अज अपना पिंड वेखण आए तो मैनू बड़ा चंगा लगा कि जिस राह दियां गल्लां महबूब तरह चंगियां लगदियां ने जिस तरह असीं अपने किसी मन दे मीत नूं चाहने आ जिमें मन का कोई मित्र होंदा उनकी गल सुन के करके चंगा लगता है सानू इस तरह अपना पिंड अपने वड़कियां दा पिंड उस इलाके दियां गल्लां करके सानू चंगा लगता है गुरपाल सिंह जी तुहानू जी आया नू सत बिस्मिल्ला अपने इस पिंड विच जिहड़ा तुहाडा पिंड है मेरे वल्लों भी सारे तुहाडे चैनल दे स्रोतियां नू सत श्री अकाल चौहान साहब बिल्कुल जी जिवें किसी ने कहा भी खेड़े चमन विच नाला वहिंदा है की जाना मुड़ वे कना
ਨੀਂਦ ਲਖੀਓ ਸੱਧਰ ਲਾ ਲਓ ਕੀ ਜਾਣਾ ਮੁੜ ਲਏ ਕਿ ਨਾ ਇਸ ਜੀਵਨ ਦਾ ਕੀ ਪਰਿਭਾਸ਼ਾ ਆਉਂਦੀ ਰੁੱਤੇ ਰਹੇ ਕਿ ਨਾ ਸੋ ਉਸੇ ਤਰ੍ਹਾਂ ਸਾਡੇ ਇਹ ਪੁਰਖਿਆਂ ਦਾ ਪਿੰਡ ਹੈ ਜਿਹੜਾ ਉਹਨਾਂ ਨੇ ਆਬਾਦ ਕੀਤਾ ਉਹਨਾਂ ਦੇ ਪਸੀਨੇ ਨਾਲ ਜਿੰਨੇ ਵੀ ਸਾਡੇ ਪਰਿਵਾਰ ਤੋਂ ਇਲਾਵਾ ਵੀ ਜਿੰਨੇ ਸਾਡੇ ਪੁਰਖੇ ਇੱਥੇ ਹੋ ਗੁਜ਼ਰੇ ਨੇ ਅਤੇ ਇਹ ਸਾਡੀ ਬੜੀ ਚਾਹਤ ਸੀ ਸਾਡੇ ਪਰਿਵਾਰ ਦੀ ਔਰ ਮੇਰੀ ਦਿਲੀ ਤਮੰਨਾ ਸੀ ਕਿ ਮੈਂ ਆਪਦਾ ਪਿੰਡ ਹੰਜਰਾਵਾਂ ਨੇੜੇ ਪੱਤੋਕੀ ਵੇਖਾਂ ਵਾਰ ਵਾਰ ਵੇਖਾਂ ਉਹਦੀ ਮਿੱਟੀ ਨੂੰ ਚੁੰਮਾਂ ਆਪਣੇ ਬਜ਼ੁਰਗਾਂ ਨੂੰ ਸਤਿ ਸ਼੍ਰੀ ਅਕਾਲ ਪ੍ਰਣਾਮ ਸਲਾਮ ਕਰਾਂ ਅਤੇ ਮੈਂ ਉਹ ਮਿੱਟੀ ਨੂੰ ਸਜਦਾ ਕਰਨ ਇੱਥੇ ਪਹੁੰਚਿਆ ਜੀ ਬੜੀ ਵੱਡੀ ਗੱਲ ਹੈ ਜੀ ਔਰ ਬੜੀ ਕਿਸਮਤਾਂ ਵਾਲੇ ਹੋ ਬੜੇ ਧੰਨ ਹੋ ਬੜਾ ਤੁਹਾਡਾ ਮੁਕੱਦਰ ਚੰਗਾ ਹੈ ਕਿ ਕਈ ਲੋਕ ਕਈ ਸੌ ਸੌ ਸਾਲ ਦੇ ਬਜ਼ੁਰਗ ਮੈਨੂੰ ਮਿਲਦੇ ਨੇ ਜਿਹੜੇ ਅੱਜ ਤੱਕ ਆਪਣਾ ਪਿੰਡ ਦੋ ਪਾਸਿਆਂ ਦੇ ਕਿ ਉਹ ਆਪਣਾ ਪਿੰਡ ਵੇਖਣਾ ਚਾਹੁੰਦੇ ਨੇ ਲੇਕਿਨ ਉਹਨਾਂ ਦੇ ਮੁਕੱਦਰਾਂ 'ਚ ਨਹੀਂ ਹੋਇਆ ਔਰ ਮੇਰਾ ਖਿਆਲ ਹੈ ਤੁਹਾਡਾ ਦੂਜਾ ਜਾਂ ਤੀਜਾ ਗੇੜਾ ਹੋ ਗਿਆ ਹਾਂਜੀ ਚੌਹਾਨ ਸਾਹਿਬ ਮੈਂ ਆਪਣੇ ਆਪ ਨੂੰ ਬੜਾ ਸੁਭਾਗਾ ਵਡਭਾਗਾ ਸਮਝਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਮੇਰੇ 'ਤੇ ਬੜੀ ਅਪਾਰ ਕਿਰਪਾ ਹੈ ਕਿ ਮੈਂ ਨਨਕਾਣਾ ਸਾਹਿਬ ਦੀ ਯਾਤਰਾ ਔਰ ਇਸ ਵਾਰ 550 ਸਾਲੇ 'ਤੇ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਇੱਥੇ ਪਹੁੰਚਿਆ ਅਤੇ ਮੈਨੂੰ ਪਿੰਡ ਵੇਖਣ ਦਾ ਵੀ ਮੌਕਾ ਮਿਲਿਆ ਮੈਂ ਕਹਿੰਦਾ ਵੀ ਮੇਰੇ 'ਤੇ ਵਾਹਿਗੁਰੂ ਦੀ ਬੜੀ ਮੇਰੇ ਸੀਸ ਦੇ ਉੱਤੇ ਹੱਥ ਹੈ ਔਰ ਬੜੀ ਕਿਰਪਾ ਹੈ ਕਿ ਬਿਲਕੁਲ ਤੁਸੀਂ ਕਿਹਾ ਜਿਵੇਂ ਲੋਕ ਬੜੇ ਤਰਸਦੇ ਨੇ ਬੜੇ ਭਾਵਕ ਨੇ ਕਿ ਉਹਨਾਂ ਨੂੰ ਪਿੰਡ ਵੇਖਣ ਦਾ ਮੌਕਾ ਨਹੀਂ ਮਿਲਿਆ ਜਿਹੜਾ ਉਜਾੜਾ ਹੈ ਇਹ ਮੈਂ ਕਹਿਣਾ ਵੀ ਕਿਸੇ ਵੈਰੀ ਦੁਸ਼ਮਣ ਨੂੰ ਵੀ ਨਾ ਪਵੇ ਇਹ ਬੜੀ ਵੱਡੀ ਵੇਦਨਾ ਜੀ ਬੜੀ ਵੱਡੀ ਅਤੇ ਬੜੀ ਚੰਗੀ ਦੁਆ ਦਿੱਤੀ ਤੁਸੀਂ ਕਿ ਉਜਾੜਾ ਕਿਸੇ ਨੂੰ ਵੀ ਨਾ ਪਵੇ ਹਿਜਰਤ ਨਾ ਕਰਨੀ ਪਵੇ ਸ਼ਾਲਾ ਆਪਣਾ ਘਰ ਨਾ ਛੱਡਣਾ ਪਵੇ ਜੀ ਵੀਰ ਜੀ ਗੁਰਪਾਲ ਜੀ ਮੈਨੂੰ ਇਹ ਦੱਸੋ ਮੈਨੂੰ ਇਹ ਪਤਾ ਲੱਗਾ ਬਲਕਿ ਚੂੰਕਿ ਮੈਨੂੰ ਤੁਹਾਡੇ ਖਾਨਦਾਨ ਬਾਰੇ ਪਹਿਲੇ ਦਾ ਹੀ ਬੜਾ ਪਤਾ ਹੈ ਹੰਜਰਾਵਾਂ ਦੇ ਬਾਰੇ ਬੜਾ ਪਤਾ ਹੈ ਇਹ ਦੱਸੋ ਵੀ ਤੁਹਾਡਾ ਜਿਹੜਾ ਖਾਨਦਾਨ ਸੀ ਸਰਦਾਰ ਅਰਜਨ ਸਿੰਘ ਦਾ ਖਾਨਦਾਨ ਇਹ ਜਿਹੜਾ ਸਾਡੀ ਇੱਥੋਂ ਪੱਤੋਕੀ ਦਾ ਮਸ਼ਹੂਰ ਨਕਈ ਖਾਨਦਾਨ ਹੈ ਉਹਨਾਂ ਨਾਲ ਵੀ ਤੁਹਾਡੀ ਰਿਸ਼ਤੇਦਾਰੀ ਜੀ ਹੈ ਮੇਰੇ ਪਿਤਾ ਜੀ ਹੋ ਗਏ ਸਰਦਾਰ ਕਾਹਨ ਸਿੰਘ ਔਰ ਮੇਰੇ ਦਾਦਾ ਜੀ ਸਰਦਾਰ ਅਰਜਨ ਸਿੰਘ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਚੁੱਕੇ ਹੋ ਉਹਨਾਂ ਦੇ ਪਿਤਾ ਜੀ ਸਰਦਾਰ ਕੁੰਦਨ ਸਿੰਘ ਜੀ ਬੜਾ ਉਹਨਾਂ ਦਾ ਇੱਥੇ ਹੰਜਰਾਵਾਂ 'ਚ ਨਾਂ ਸੀ ਔਰ ਉਹਨਾਂ ਦੇ ਪਿਤਾ ਜੀ ਸਰਦਾਰ ਚਤਰ ਸਿੰਘ ਜੀ ਜਿਹਦੇ ਨਾਂ 'ਤੇ ਇੱਥੇ ਕੋਟ ਆਬਾਦ ਹੈ ਜਿਹੜਾ ਸਾਡਾ ਸਾਲਮ ਪਿੰਡ ਸੀ ਕੋਟ ਸਰਦਾਰ ਚਤਰ ਸਿੰਘ ਅਤੇ ਸਰਦਾਰ ਚਤਰ ਸਿੰਘ ਦੀ ਜਿਹੜੀ ਬੇਟੀ ਸੀ ਉਹ ਸਰਦਾਰ ਕਾਹਨ ਸਿੰਘ ਨਕਈ ਨਾਲ ਪਰਨਾਈ ਹੋਈ ਸੀ ਸ਼ਾਦੀਸ਼ੁਦਾ ਸੀ ਅਤੇ ਉਸ ਸਾਡੀ ਜਿਹੜੀ ਭੂਆ ਜੀ ਸੀ ਉਹਨੂੰ ਡੋਬਾ ਪਿੰਡ ਦਿੱਤਾ ਹੋਇਆ ਸੀ ਨਕਈ ਪਰਿਵਾਰ ਵੱਲੋਂ ਇਹਨਾਂ ਨਾਲ ਸਾਡੀ ਪੁਰਾਣੀ ਸਾਂਝ ਹੈ ਇਸ ਨਕਈ ਪਰਿਵਾਰ ਨਾਲ ਚਾਹੇ ਉਹ ਮੋਕਲ ਖਾਨਦਾਨ ਹੋਵੇ ਚਾਹੇ ਉਹ ਨਕਈ ਪਰਿਵਾਰ ਹੋਵੇ ਉਹ ਸਾਰੇ ਸਾਡੀਆਂ ਇੱਥੇ ਬੜੀਆਂ ਪੁਰਾਣੀਆਂ ਸਾਂਝਾਂ ਨੇ ਪੁਰਾਣੇ ਅਸੀਂ ਇੱਕ ਦੂਜੇ ਨਾਲ ਰਿਸ਼ਤੇਦਾਰੀ ਵਿੱਚ ਪਰੋਏ ਹੋਏ ਲੋਕ ਹੈ ਜੀ ਅੱਛਾ ਇਹ ਦੱਸੋ ਉਹ ਜਿਹੜੀ ਮਾਈ ਦੀ ਸ਼ਾਦੀ ਦੀ ਤੁਸੀਂ ਗੱਲ ਕਰਦੇ ਹੋ ਬੜਾ ਮਸ਼ਹੂਰ ਵਾਕਿਆ ਹੈ ਕਿ ਉਹ ਮਾਈ ਮੱਝ ਲੈ ਕੇ ਜਾ ਰਹੀ ਸੀ ਕੋਈ ਇਸ ਤਰ੍ਹਾਂ ਦਾ ਵਾਕਿਆ ਸੁਣਾਉਂਦੇ ਨੇ ਵੜਕੇ ਉਹ ਕੀ ਵਾਕਿਆ ਸੀ ਉਹ ਇਸ ਤਰ੍ਹਾਂ ਸੀ ਜੀ ਵੀ ਜਦੋਂ ਇਹ ਮਤਲਬ ਕਹਿੰਦੇ ਨਾ ਜਿਵੇਂ ਖਾਨਾਂ ਦੇ ਖਾਣ ਪਰਾਉਣੇ ਅਤੇ ਬਹਾਦਰਾਂ ਨੂੰ ਬਹਾਦਰ ਮਿਲਦੇ ਨੇ ਦਲੇਰਾਂ ਨੂੰ ਦਲੇਰ ਮਿਲਦੇ ਨੇ ਔਰ ਪਿਆਰ ਵਾਲਿਆਂ ਨੂੰ ਪਿਆਰ ਵਾਲੇ ਮਿਲਦੇ ਨੇ ਇਸੇ ਤਰ੍ਹਾਂ ਜਦੋਂ ਸਾਡੀ ਇਸ ਪਰਿਵਾਰ ਨਾਲ ਰਿਸ਼ਤੇਦਾਰੀ ਪੈਂਦੀ ਹੈ ਉਹ ਇਸ ਪਰਿਵਾਰ ਦਾ ਮਹਾਰਾਜਾ ਰਣਜੀਤ ਸਿੰਘ ਇਸ ਪਰਿਵਾਰ 'ਚ ਸ਼ਾਦੀਸ਼ੁਦਾ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਫੂਲਕਿਆਂ ਦੇ ਦੋਹਤਰੇ ਸਨ ਅਤੇ ਇਹ ਫਿਰ ਜਦੋਂ ਬਰਾਤ ਆਈ ਅਤੇ ਇਹ ਫਿਰ ਹਾਥੀਆਂ ਘੋੜਿਆਂ 'ਤੇ ਉਦੋਂ ਜੰਝ ਆਈ ਅਤੇ ਫਿਰ ਇੱਥੋਂ ਮਤਲਬ ਕਿ 100 ਮੱਝ ਹੋਰ ਜਿਹੜੀ ਦਿੱਤ ਦਾਸ ਉਸ ਟਾਈਮ ਦੀ ਸੀ ਉਹ ਦਿੱਤੀ ਗਈ ਅਤੇ ਉਹ ਮਾਤਾ ਜੀ ਨੇ ਵੀ ਉੱਥੇ ਜਾ ਕੇ ਬੜਾ ਨਾਮ ਕਮਾਇਆ ਆਪਦੇ ਪੇਕਿਆਂ ਦਾ ਔਰ ਦਾਨ ਕੀਤਾ ਮੱਝਾਂ ਦਾਨ ਕੀਤੀਆਂ ਇਸ ਤਰ੍ਹਾਂ ਉਹਨਾਂ ਨੇ ਕਾਫੀ ਮਹਾਰਾਜਾ ਰਣਜੀਤ ਸਿੰਘ ਦੀ ਦੂਸਰੀ ਸ਼ਾਦੀ ਬੈਂਡਵਾਲ ਕਲਾਂ 'ਚ ਹੋਈ ਸੀ ਜੀ ਸੰਧੂਆਂ ਵੱਲੇ ਜੀ ਬੈਂਡਵਾਲ ਕਲਾਂ ਵੀ ਇੱਥੋਂ ਥੋੜੇ ਪੰਨ 'ਤੇ ਹੈ ਜੀ 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 ਇਹ ਬੈਂਡਵਾਲ ਜਿਹੜਾ ਹੈਗਾ ਜੀ ਇਹ ਨਕਈ ਖਾਨਦਾਨ ਦਾ ਹੀ ਹੈ ਕਿਉਂਕਿ ਨਕਈ ਜਿਹੜਾ ਨੱਕਾ ਇਸ ਇਲਾਕੇ ਦਾ ਨਾਮ ਹੈ ਕਿ ਜਦੋਂ ਰਾਵੀ ਦੇ ਵਿੱਚ ਕਿਤੇ ਹੜ੍ਹ ਆਉਂਦਾ ਸੀ ਅਤੇ ਉਹ ਪਾਣੀ ਧੱਕਾ ਮਾਰਦਾ ਸੀ ਅਤੇ ਹੈਡ ਵੱਲੋਂ ਕੀ ਅਤੇ ਤਾਂ ਦੇ ਇਲਾਕੇ 'ਚੋਂ ਇਸ ਇਲਾਕੇ ਸਾਰੇ ਦੇ ਵਿੱਚ ਪਾਣੀ ਫਿਰ ਜਾਂਦਾ ਸੀ ਅਤੇ ਇਹ ਲੋਕ ਇੱਥੇ ਪਹਿਲਾਂ ਆਬਾਦ ਸਨ ਅਤੇ ਇਹਨਾਂ ਨੂੰ ਇਸ ਕਰਕੇ ਨੱਕਾ ਨਕਈ ਕਿਹਾ ਜਾਂਦਾ ਸੀ ਕਿ ਨੱਕੇ ਦੇ ਇਲਾਕੇ ਦੇ ਨੱਕੇ ਦੇ ਸਰਦਾਰ ਹਾਂ ਨੱਕੇ ਦੇ ਸਰਦਾਰ ਨੇ ਜਿਵੇਂ ਅੱਜ ਮਤਲਬ ਅਤਾੜ ਅਠਾੜ ਜਿੱਥੋਂ ਦਰਿਆ ਵਗਦਾ ਉਹਦੇ ਨੀਵੇਂ ਵਾਲਾ ਪਾਸਾ ਅਠਾੜ ਹੋ ਜਾਂਦਾ ਉਤਲਾ ਅਤਾੜ ਹੁੰਦਾ ਇਵੇਂ ਇਲਾਕਿਆਂ ਦਾ ਜਿੱਥੇ ਖੇਤੀ ਨਹੀਂ ਹੁੰਦੀ ਉਹਨੂੰ ਰੋਹੀ ਬੋਲ ਦਿੰਦੇ ਹਾਂ ਇਵੇਂ ਇਹ ਜਿਹੜੇ ਸਰਦਾਰ ਨੱਕੇ ਦੇ ਸਰਦਾਰ ਸਨ ਇਹ ਇੱਥੇ ਆ ਕੇ ਆਬਾਦ ਹੋਏ ਸਨ ਇਹਨਾਂ ਦੀਆਂ ਮਿਸਲਾਂ ਚੱਲ ਰਹੀਆਂ ਸਨ ਇਸੇ ਤਰ੍ਹਾਂ ਫਿਰ ਜਿਵੇਂ ਸਾਡੇ ਬਜ਼ੁਰਗਾਂ ਨੇ ਕੋਈ ਇੱਥੇ ਪ੍ਰਾਪਤੀ ਕੀਤੀ ਅਤੇ ਸਾਡੇ ਇੱਕ ਦੂਜੇ ਨਾਲ ਰਿਸ਼ਤੇਦਾਰੀ ਬਣੀ ਇਸ ਸੰਬੰਧ ਦੇ ਵਿੱਚ ਸਾਡੀ ਇਹਨਾਂ ਨਾਲ ਰਿਸ਼ਤੇਦਾਰੀ ਸੀ ਪੁਰਾਣੀ ਸਹੀ ਹੁਣ ਆਪਾਂ ਗੱਲ ਕਰਨੇ ਕਰਤਾਰਪੁਰ ਲਾਂਘੇ ਦੀ ਕਰਤਾਰਪੁਰ ਲਾਂਘਾ ਖੁੱਲ੍ਹਿਆ ਜੀ ਸਾਡੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ
ਜੀ ਸਾਡੇ ਆਰਮੀ ਚੀਫ ਜਨਾਬ ਕਮਰ ਜਵੇਦ ਬਾਜਵਾ ਸਾਹਿਬ ਜੀ ਜੀ ਅਤੇ ਸਿੱਧੂ ਸਾਹਿਬ ਜੀ ਇਹ ਇਹਨਾਂ ਦਾ ਆਪਸ 'ਚ ਮਿਲਣ ਹੋਇਆ ਔਰ ਜਿਹੜੀ ਉਹ ਜੱਫੀ ਪਈ ਸੀ ਜੀ ਉਹ ਜੱਫੀ ਪੰਜਾਬੀਆਂ ਦੇ ਭਾਗ ਜਗਾ ਗਈ ਜੀ ਜੀ ਉਹ ਜੱਫੀ ਕਈਆਂ ਲੋਕਾਂ ਨੂੰ ਹੋ ਸਕਦਾ ਭੈੜੀ ਲੱਗੀ ਹੋਵੇ ਜੀ ਲੇਕਿਨ ਉਹ ਜੱਫੀ ਜਿਹੜੀ ਹੈ ਉਹ ਪਿਆਰ ਦੇ ਫੁੱਲ ਖੜਾ ਗਈ ਇਸ ਕਰਤਾਰਪੁਰ ਲਾਂਘੇ ਬਾਰੇ ਦੱਸੋ ਸਾਨੂੰ ਕਿੰਨੀ ਕੁ ਖੁਸ਼ੀ ਹੋਈ ਹੈ ਇਹਦੀ ਇਹ ਬੜੀ ਅਥਾਹ ਖੁਸ਼ੀ ਹੈ ਬੜੀ ਬੇਅੰਤ ਖੁਸ਼ੀ ਹੈ ਇਹਦਾ ਕੋਈ ਹੱਦ ਟਿਕਾਣਾ ਨਹੀਂ ਚੌਹਾਨ ਸਾਹਿਬ ਅਸਲ ਗੱਲ ਇਹ ਹੈ ਕਿ ਜਦੋਂ ਉਸ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਅਤੇ ਉਹ ਇਨਸਾਨਾਂ ਦੁਆਰਾ ਕੰਮ ਕਰਵਾਉਂਦਾ ਹੈ ਇਹ ਮੈਂ ਕਹਿਣਾ ਹੈ ਵੀ ਉਹ ਲੋਕਾਂ ਦੀਆਂ ਜਿਹੜੇ ਇਸ ਲਾਂਘੇ ਨੂੰ ਖੋਲ੍ਹਣ ਵਾਸਤੇ ਹਜ਼ਾਰਾਂ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਅਰਦਾਸਾਂ ਸੀ ਉਹ ਪਰਮਾਤਮਾ ਨੇ ਸਵਯਮ ਸੁਣੀਆਂ ਔਰ ਉਹ ਤੋਂ ਇੱਕ ਖਾਸ ਮੈਸੇਜ ਭੇਜਿਆ ਇਮਰਾਨ ਖਾਨ ਸਾਹਿਬ ਵਾਸਤੇ ਸਿੱਧੂ ਸਾਹਿਬ ਵਾਸਤੇ ਔਰ ਜਵੇਦ ਬਾਜਵਾ ਸਾਹਿਬ ਵਾਸਤੇ ਅਤੇ ਇਹ ਜਿਹੜਾ ਲਾਂਘਾ ਖੁੱਲ੍ਹ ਗਿਆ ਔਰ ਉੱਧਰੋਂ ਪਾਕਿਸਤਾਨ ਗੌਰਮੈਂਟ ਨੇ ਖੁੱਲ੍ਹ ਦਿੱਲੀ ਨਾਲ ਇਹ ਰਸਤੇ ਨੂੰ ਚਲਾਉਣ ਦਾ ਜਿਹੜਾ ਤਹੱਈਆ ਕੀਤਾ ਉਹ ਖੁੱਲ੍ਹ ਕੇ ਜਿਹੜਾ ਕਿ ਕੱਲ੍ਹ ਬਹੁਤ ਵੱਡਾ 9 ਤਰੀਕ ਨੂੰ ਪ੍ਰੋਗਰਾਮ ਹੋਇਆ ਬਹੁਤ ਹੀ ਲੱਖਾਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਆਪਣੇ ਸ਼ਰਧਾ ਦੇ ਫੁੱਲ ਕਰਤਾਰਪੁਰ ਸਾਹਿਬ ਭੇਟ ਕੀਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਜਦਾ ਕੀਤਾ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਉੱਥੇ ਖੇਤੀ ਕੀਤੀ ਹੈ ਇਸ ਲਾਂਘੇ ਦੇ ਖੁੱਲ੍ਹਣ ਨਾਲ ਔਰ ਸਾਡੇ ਇਹਨਾਂ ਦੋਨਾਂ ਖਿੱਤਿਆਂ ਨੂੰ ਪਿਆਰ ਮੁਹੱਬਤ ਦੀ ਜਿਹੜੀ ਨਵੀਂ ਸਵੇਰ ਚੜ੍ਹੇਗੀ ਉਹਦੇ ਨਾਲ ਬਹੁਤ ਹੀ ਸਕੂਨ ਅਤੇ ਰੂਹ ਮਿਲੇਗਾ ਇਹ ਖਿੱਤਾ ਅੱਗੇ ਵੱਲ ਵਧੇਗਾ ਅੱਗੇ ਰੋਸ਼ਨੀ ਵੱਲ ਜਾਵੇਗਾ ਇਹ ਸਾਡੀ ਦੁਆ ਹੈ ਕਿ ਅੱਗੇ ਇਹ ਖਿੱਤਾ ਹੋਰ ਤਰੱਕੀਆਂ ਕਰੇ ਇਹਨਾਂ ਲੋਕਾਂ ਦਾ ਪਿਆਰ ਵਧੇ ਵਪਾਰ ਵਧੇ ਚਾਹੇ ਉਹ ਕੋਈ ਵੀ ਹੈ ਉਹਦੀ ਭਾਵਨਾ ਹੁੰਦੀ ਹੈ ਕਿ ਉਹ ਆਪਣੇ ਮੁਕੱਦਸ ਮੁਕਾਮ ਨੂੰ ਪਵਿੱਤਰ ਮੁਕਾਮ ਨੂੰ ਸਜਦਾ ਕਰ ਸਕੇ ਨਮਸਕਾਰ ਕਰ ਸਕੇ ਮੱਥਾ ਟੇਕ ਸਕੇ ਇਹ ਹਰ ਇਨਸਾਨ ਦੀ ਖੁਆਇਸ਼ ਹੁੰਦੀ ਹੈ ਅਤੇ ਪੂਰੀ ਹੋਈ ਅਸੀਂ ਧੰਨਵਾਦੀ ਹੈ ਤੁਸੀਂ ਪਾਕਿਸਤਾਨ ਕਈ ਵਾਰੀ ਆਏ ਹੋ ਜੀ ਇੱਥੋਂ ਦੇ ਲੋਕਾਂ ਬਾਰੇ ਮੈਂ ਤੁਹਾਡੀ ਗਵਾਹੀ ਰਿਕਾਰਡ ਕਰਨੀ ਹੈ ਕਿਸ ਤਰ੍ਹਾਂ ਦੇ ਲੋਕ ਨੇ ਪਾਕਿਸਤਾਨ 'ਚ ਰਹਿਣ ਵਾਲੇ ਕਿਸ ਤਰ੍ਹਾਂ ਮਿਲਦੇ ਨੇ ਤੁਸੀਂ ਆਪਣੇ ਪਿੰਡ ਵੀ ਆਉਂਦੇ ਹੋ ਜੀ ਤੁਸੀਂ ਮਿਲੇ ਹੋ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਬਾਰੇ ਸਾਨੂੰ ਦੱਸੋ ਵੀ ਕਿਸ ਤਰ੍ਹਾਂ ਦੇ ਲੋਕ ਨੇ ਚੌਹਾਨ ਸਾਹਿਬ ਪਹਿਲੀ ਗੱਲ ਇਹ ਹੈ ਕਿ ਜਿਹੜਾ ਪੰਜਾਬੀਆਂ ਦਾ ਪਿਆਰ ਹੈ ਜਦੋਂ ਅਸੀਂ ਇੱਧਰ ਆਉਂਦੇ ਹਾਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਾਂ ਜਾਂ ਧਾਰਮਿਕ ਜਿੰਨੇ ਵੀ ਸਥਾਨ ਨੇ ਅਤੇ ਬੜਾ ਬੇਅਥਾਹ ਉਮੜ ਉਮੜ ਕੇ ਉਹ ਪਿਆਰ ਸਾਨੂੰ ਮਿਲਦਾ ਹੈ ਜੱਫੀਆਂ ਪਾ ਕੇ ਹੋਰ ਚੀਜ਼ਾਂ ਦੇ ਰਾਹੀਂ ਹੋਰ ਗੱਲਾਂ ਦੇ ਰਾਹੀਂ ਸਾਨੂੰ ਦਾਵਤਾਂ ਦੇ ਕੇ ਉਹ ਬੜਾ ਅਮੁੱਕ ਅਤੇ ਅਥਾਹ ਪਿਆਰ ਸਾਨੂੰ ਮਿਲਦਾ ਹੈ ਕਿ ਜਿਹੜਾ ਸਾਨੂੰ ਅਸੀਂ ਗਦ ਗਦ ਹੋ ਉੱਠਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਨੂੰ ਕਿਸੇ ਵੀ ਇੰਤਜ਼ਾਮੀਆਂ ਵੱਲੋਂ ਪਾਕਿਸਤਾਨ ਗੌਰਮੈਂਟ ਵੱਲੋਂ ਕੋਈ ਕੌੜੀ ਯਾਦ ਨਹੀਂ ਜਿਹੜੀ ਅਸੀਂ ਤੁਹਾਨੂੰ ਦੱਸ ਸਕੀਏ ਅਤੇ ਮਿੱਠੀਆਂ ਯਾਦਾਂ ਸਾਡੇ ਇੰਨੀਆਂ ਨੇ ਅਤੇ ਅਸੀਂ ਗਿਣ ਨਹੀਂ ਸਕਦੇ ਸੋ ਜਿਹੜੀ ਤੁਸੀਂ ਮੀਡੀਆ ਦੀ ਗੱਲ ਕੀਤੀ ਵੇਖੋ ਸਾਰਾ ਮੀਡੀਆ ਇੱਕੋ ਜਿਹਾ ਨਹੀਂ ਹੁੰਦਾ ਕੁਛ ਚੰਦ ਲੋਕ ਹੁੰਦੇ ਨੇ ਉਹਨਾਂ 'ਚ ਬਚਪਨਾ ਕਹਿ ਲਓ ਉਹਨਾਂ ਦੀ ਨਿਧਾਨੀ ਕਹਿ ਲਓ ਉਹਨਾਂ ਨੂੰ ਇਸ ਗੱਲ ਦਾ ਉਮਰ ਦੇ ਹਿਸਾਬ ਨਾਲ ਜਾਂ ਉਸ ਸਮੇਂ ਦੇ ਹਿਸਾਬ ਨਾਲ ਇਲਮ ਨਹੀਂ ਹੁੰਦਾ ਉਹ ਹੋਰ ਗੱਲਾਂ ਨੂੰ ਪਹਿਲੂ ਨੂੰ ਅੱਗੇ ਰੱਖਦੇ ਨੇ ਪਰ ਜਿਹੜੇ ਵੀ ਲੋਕ ਇਸ ਤਰ੍ਹਾਂ ਦਾ ਕੋਈ ਮਾੜਾਪਨ ਜਾਂ ਨੈਗਟਿਵਿਟੀ ਵਿਖਾਉਂਦੇ ਨੇ ਉਤਰਾਅ ਵਿਖਾਉਂਦੇ ਨੇ ਉਹ ਨਹੀਂ ਵਿਖਾਉਣਾ ਚਾਹੀਦਾ ਕਿ ਮੌਕਾ ਵੇਖਣਾ ਚਾਹੀਦਾ ਜੇ ਵਿਆਹ ਹੋਵੇ ਨਾ ਸਿਆਣੇ ਕਹਿੰਦੇ ਆ ਘਰੇ ਤਾਂ ਸੁਹਾਗ ਅਤੇ ਘੋੜੀਆਂ ਦੇ ਗੀਤ ਹੀ ਗਾਉਣੇ ਚਾਹੀਦੇ ਹੈ ਉਦੋਂ ਕੋਈ ਇਸ ਤਰ੍ਹਾਂ ਦਾ ਮਰਸੀਆ ਨਹੀਂ ਪੜ੍ਹਨਾ ਚਾਹੀਦਾ ਸੋ ਇਹ ਸੋਚਣਾ ਚਾਹੀਦਾ ਸੀ ਕਿ ਇਹ ਜਿਹੜਾ ਲਾਂਘਾ ਖੁੱਲ੍ਹ ਰਿਹਾ ਸਿੱਖਾਂ ਅਤੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਜਿਹੜੀ ਭਾਵਨਾ ਹੈ ਔਰ ਜਿਹੜੇ ਹਿੰਦੁਸਤਾਨ ਦੇ ਅਤੇ ਪਾਕਿਸਤਾਨ ਦੇ ਜਿਹੜੇ ਸੰਬੰਧਾਂ ਦੀ ਗੱਲ ਆ ਔਰ ਵੱਡੀ ਗੱਲ ਹੈ ਜਿਹੜੀ ਕਿ ਕਿਸੇ ਬੰਦੇ ਦੇ ਦਿਲ ਦੇ ਵਿੱਚ ਧਾਰਮਿਕ ਅਕੀਦਤ ਦੀ ਗੱਲ ਹੈ ਉਸ ਗੱਲ ਨੂੰ ਸੋਚ ਕੇ ਇਹ ਗੱਲ ਨੂੰ ਮੁਹੱਬਤ ਦਾ ਪੈਗਾਮ ਦੋਸਤੀ ਦਾ ਪੈਗਾਮ ਰਿਸ਼ਤੇਦਾਰਿਆਂ ਦੀ ਪੀੜ੍ਹੀ ਗੰਢ ਦੀ ਗੱਲ ਕਰਨੀ ਚਾਹੀਦੀ ਹੈ ਸੋ ਉਹਨਾਂ ਨੂੰ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਜਿਹੜੇ ਕੋਈ ਛੋਟੇ ਰੂਪ ਦੇ ਵਿੱਚ ਥੋੜ੍ਹਾ ਮੀਡੀਆ ਉਹਨਾਂ ਨੂੰ ਵੀ ਉਸਾਰੂ ਗੱਲ ਕਰਨੀ ਚਾਹੀਦੀ ਹੈ ਕੀ ਵੇਖਦੇ ਹੋ ਕਿ ਇਮਰਾਨ ਖਾਨ ਵੱਲੋਂ ਜਿਹੜਾ ਦੋਸਤੀ ਦਾ ਹੱਥ ਵਧਾਇਆ ਗਿਆ ਇਹ ਇਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਅੱਛੀ ਗੱਲ ਹੈ ਜੀ ਦੋਸਤੀ ਕਦੇ ਵੀ ਕਿਸੇ ਨੂੰ ਬੁਰੀ ਨਹੀਂ ਹੁੰਦੀ ਦੋਸਤੀ ਦੀਆਂ ਜਿਹੜੀਆਂ ਆਸ਼ਾਵਾਂ ਨੇ ਚਾਹਵਾਂ ਨੇ ਇਹ ਬੜੀ ਲੰਬੀ ਦੇਰ ਤੱਕ ਚੱਲਦੀਆਂ ਨੇ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਨੇ ਜਿਹੜੇ ਸਾਡੇ ਰਿਸ਼ਤੇ ਬਣਦੇ ਨੇ ਉਹ ਸਾਡੇ ਦੋਸਤੀ ਦੀ ਬੁਨਿਆਦ 'ਤੇ ਬਣਦੇ ਨੇ ਫਿਰ ਅਸੀਂ ਉਹਨਾਂ ਨਾਲ ਰਿਸ਼ਤੇਦਾਰੀ ਪਾਉਂਦੇ ਹਾਂ ਫਿਰ ਉਹ ਰਿਸ਼ਤਾ ਕੋਈ ਇੱਕ ਦਿਨ ਦਾ ਨਹੀਂ ਹੁੰਦਾ ਚੌਹਾਨ ਸਾਹਿਬ ਉਹ ਰਿਸ਼ਤਾ ਪੀੜ੍ਹੀ ਦਰ ਪੀੜ੍ਹੀਆਂ ਤੱਕ ਜਾ ਕੇ ਚੱਲਦਾ ਇਸੇ ਤਰ੍ਹਾਂ ਇਮਰਾਨ ਖਾਨ ਸਾਹਿਬ ਨੇ ਜੇ ਇਹ ਲਾਂਘੇ ਦੀ ਗੱਲ ਕੀਤੀ ਹੈ ਜਾਂ ਬਾਜਵਾ ਸਾਹਿਬ ਨੇ ਕੀਤੀ ਹੈ ਅਤੇ ਇਹ ਬੜਾ ਲੰਬਾ ਸਮਾਂ ਚੱਲੇਗਾ ਅਤੇ ਔਰ ਇਹ ਬੜੀ ਸੱਜਰੀ ਸਵੇਰ ਦਾ ਜਿਵੇਂ ਸੂਰਜ ਹੁੰਦਾ ਹੈ ਉਹ ਇੱਕ ਉਹਨੂੰ ਵੇਖਣ ਨਾਲ ਸਕੂਨ ਮਿਲਦਾ ਇਵੇਂ ਸਾਰਿਆਂ ਨੂੰ ਸਕੂਨ ਮਿਲੇਗਾ ਅੱਗੇ ਇਹ ਖਿੱਤਾ ਮੁਹੱਬਤ ਦੀ ਸਾਂਝ ਲੈ ਕੇ ਅੱਗੇ ਦੁਨੀਆ ਦੇ ਉੱਤੇ ਰੋਸ਼ਨ ਹੋਵੇਗਾ ਵੇਖੋ ਜੇ ਅਸੀਂ ਕਿਸੇ ਹੋਰ ਵੀ ਕੰਟਰੀ ਜਾਈਏ ਦੁਨੀਆ ਦੇ ਕਿਸੇ ਖਿੱਤੇ ਜਾਈਏ ਤਾਂ ਜਿਹੜੀ ਸਾਨੂੰ ਅਪਣੱਤ ਜਿਹੜਾ ਆਪਣਾਪਣ ਇਹ ਮਾਂ ਬੋਲੀ ਪੰਜਾਬੀ ਬੋਲੀ
ਬਾਬੂ ਰਾਜਬ ਅਲੀ ਖਾਨ ਸਾਹਿਬ ਨੇ ਲਿਖਿਆ ਸੀ, ਕਹਿੰਦਾ ਮਾਦਰੀ ਜ਼ਬਾਨ ਛੱਡ ਗੈਰਾਂ ਦੇ ਮਗਰ ਲੱਗਾ, ਇਦੋਂ ਵੱਧ ਬੇਵਕੂਫਾ ਕਿਹੜੀ ਗੱਲ ਪਾਪਦੀ। ਕਹਿੰਦਾ ਬਾਬੂ ਜੀ ਜ਼ਬਾਨਾਂ ਫਿਰੇ ਸਿੱਖ ਦਾ ਪੰਜਾਬੀ, ਹੋਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਅਤੇ ਬਾਪ ਦੀ। ਔਰ ਸਾਡੀ ਇਹ ਬੋਲੀ ਦੀ ਸਾਂਝ ਹੈ, ਮਾਂ ਬੋਲੀ ਦੀ ਸਾਂਝ ਹੈ, ਮਦਰ ਲੈਂਗੁਏਜ ਦੀ ਸਾਂਝ ਹੈ, ਅਤੇ ਸਾਡੀ ਇਸ ਖਿੱਤੇ ਨਾਲ ਇੱਕ ਦੂਜੇ ਨਾਲ ਇੱਧਰਲੇ ਲੋਕਾਂ ਦੀ ਉੱਧਰ, ਉੱਧਰਲੇ ਲੋਕਾਂ ਦੀ ਇੱਧਰ, ਚੜ੍ਹਦੇ ਲਹਿੰਦੇ ਅਤੇ ਲਹਿੰਦੇ ਚੜ੍ਹਦੇ ਦੀ ਜਿਹੜੀ ਸਾਂਝ ਹੈ ਉਹ ਬੜੀ ਅਮੁੱਕ ਹੈ, ਬੜੀ ਉਹ ਅਥਾਹ ਹੈ, ਉਹ ਮਿਟ ਨਹੀਂ ਸਕਦੀ, ਅਤੇ ਸਾਨੂੰ ਬੜਾ ਓਪਰਾ ਆਉਂਦਾ ਅਤੇ ਸਾਡੇ ਅੱਖਾਂ ਦੇ ਵਿੱਚ ਸਾਨੂੰ ਖੁਸ਼ੀ ਆਉਂਦੀ ਹੈ, ਸਾਨੂੰ ਅਪਣੱਤ ਆਉਂਦਾ, ਸਾਡੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਕਿ ਵੇਖੋ ਸਾਨੂੰ ਲੋਕ ਕਿੰਨਾ ਪਿਆਰ ਦਿੰਦੇ ਨੇ, ਅਸੀਂ ਇਹਨਾਂ ਨਾਲ ਹੋ ਸਕਦਾ ਰਿਸ਼ਤੇ ਨਾਤੇ 'ਚ ਕੁਛ ਵੀ ਨਾ ਲੱਗਦੇ ਹੋਈਏ, ਅਤੇ ਪਰ ਸਾਨੂੰ ਉਦੋਂ ਵੀ ਵੱਧ ਕੇ ਮਿਲਦੇ ਨੇ, ਸੜਕ 'ਤੇ ਜਾਂਦਿਆਂ ਦੁਆ ਸਲਾਮ ਕਰਦੇ ਨੇ, ਬਾਹਾਂ ਫੜ ਫੜ ਕੇ ਧਰੂ ਧਰਾ ਕੇ ਸਾਨੂੰ ਅੰਦਰ ਲਿਜਾਂਦੇ ਨੇ, ਖਵਾਉਣ ਪਿਆਉਣ ਦੀ ਮਹਿਮਾਨ ਨਵਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਮੈਂ ਇਹ ਗੱਲ ਮੱਥੇ ਨਾਲ ਚੁੰਮ ਕੇ ਕਹਿਣਾ ਕਿ ਸਾਡੀ ਬੜੀ ਹੀ ਖਿਦਮਤ ਕੀਤੀ ਕਿ ਹੋ ਸਕਦਾ ਸੀ ਕਿਸੇ ਹੋਰ ਕੰਟਰੀ 'ਚ ਗਏ ਹੋਈਏ ਤਾਂ ਸਾਡੀ ਇਹ ਜਿਹੜੀ ਵਾਹਿਗੁਰੂ ਦੀ ਦਿੱਤੀ ਹੋਈ ਸਰਦਾਰੀ ਪੱਗ ਹੈ ਇਹਨੂੰ ਸਲਾਮਾਂ ਜਿਹੜੀਆਂ ਹੁੰਦੀਆਂ ਨੇ ਇੱਥੇ, ਮੈਂ ਇਸ ਗੱਲ ਦਾ ਮਸ਼ਕੂਰ ਹਾਂ, ਧੰਨਵਾਦੀ ਹਾਂ ਪਾਕਿਸਤਾਨੀਆਂ ਦੇ।